ਅਸੀਂ ਇਹਨਾਂ ਨੂੰ ਬਣਾਉਣਾ ਹੈ ਅਸੀਂ ਆਪਾਂ ਜਿਹੜੇ ਸੁਖਾਗਰ ਕਮੇ ਜਾ ਕੇ ਸਾਡੇ ਗੁਰਦਾਸਪੁਰ ਦੇ ਨੇ ਔਰ ਇਹ ਲਗਾਤਾਰ ਜਿਹੜੇ ਕੋਈ ਸਾਡੇ ਨੁਮਾਇੰਦਾ ਉੱਥੋਂ ਜਿਹੜੇ ਪੰਜਾਬ ਦੇ ਆਗੇ ਨੇ ਬੜੇ ਵੱਡੇ ਆਗੂ ਨੇ ਸਾਡੇ ਸਰਕਾਰ ਦੇ ਉਹ ਨੇ ਕੋਈ ਨਹੀਂ ਗੱਲ ਹੈਗੀ ਪਰ ਪ੍ਰਧਾਨ ਜੀ ਕਹਿ ਰਹੇ ਕਿ ਭ੍ਰਿਸ਼ਟ ਹੈ ਪ੍ਰਧਾਨ ਜੀ ਕਹਿ ਰਹੇ ਕਿ ਭ੍ਰਿਸ਼ਟ ਹੈ ਅੱਜ ਤੱਕ ਇਸ ਬਾਰੇ ਕੋਈ ਨਹੀਂ ਪ੍ਰਧਾਨ ਜੀ ਕਹਿ ਰਹੇ ਮੇਰੀ ਬੇਨਤੀ ਸੁਣੋ ਮੈਂ ਇਸ ਬਾਰੇ ਕੋਈ ਆਪਣੀ ਪ੍ਰਤੀਕਰਮ ਨਹੀਂ ਦਿੰਦਾ ਕੋਈ ਕੀ ਕਹਿੰਦਾ ਕਿ ਕੋਈ ਦੂਜੀ ਰਾਇ ਹੋ ਸਕਦੀ ਹੈ ਉਹ ਤੁਹਾਡੇ ਨਾਲ ਆਏ ਨੇ ਪ੍ਰਧਾਨ ਜੀ ਸਾਰੀ ਯੂਨਿਟੀ ਆਈ ਤੁਹਾਡੀ ਮਿਸਅੰਡਰਸਟੈਂਡਿੰਗ ਪਤਾ ਕਿੱਥੇ ਹੋ ਗਈ ਆ ਇਹ ਸਾਹਮਣੇ ਹੀ ਬੈਠੇ ਆ ਇਹਨਾਂ ਨੇ ਸਵੇਰ ਦੀ ਘਰ ਕਰਦੇ ਸਾਡਾ ਫੋਨ ਚੁੱਕਿਆ ਸਾਨੂੰ ਪਤਾ ਲੱਗਾ ਵੀ ਗੁਰਦਾਸਪੁਰ ਦੇ ਇਹ ਡੇਰੇ 'ਚ ਨੌਕਰੀ ਕਰਦੇ ਆ ਇਹ ਆਪਣੇ ਡੇਰੇ ਸਾਡੇ ਜਨਰਲ ਸਕੱਤਰ ਦੇ ਵੀ ਡੇਰੇ ਤੋਂ ਨੇ ਠੀਕ ਆ ਜੀ ਫਿਰ ਆਪਣੇ ਆਪ ਪ੍ਰਧਾਨ ਨੇ ਤਸੀਲ ਪ੍ਰਧਾਨ ਨੇ ਇਹਨਾਂ ਦੀ ਆਇਓ ਜੀ ਇਹ ਡੇਰੇ ਦੇ ਨਾਲ ਆਏ ਨੇ ਇੱਧਰ ਆਇਓ ਜੀ ਇਹ ਨਾਲ ਆਏ ਆ ਠੀਕ ਆ ਜੀ ਪਰਿਵਾਰ ਵਿੱਚ ਕਈ ਤਰ੍ਹਾਂ ਦੇ ਵਖਰੇ ਵੀ ਹੋ ਸਕਦੇ ਆ ਵਿਚਾਰ ਵੀ ਆਪਣੇ ਆਪਣੇ ਵੱਖ ਹੋ ਸਕਦੇ ਪਰ ਅਸੀਂ ਇੱਕ ਪਰਿਵਾਰ ਆ ਸ਼ੁਰੂ ਤੋਂ ਰਹੇ ਆ ਜਿਹੜੇ ਐਲੀਗੇਸ਼ਨ ਲਾ ਰਹੇ ਨੇ ਕਰਪਸ਼ਨ ਦੇ ਵੀ ਇਹ ਕਰਪਟ ਬੰਦੇ ਨੇ ਜਾਂ ਉਹਦੇ ਬਾਰੇ ਕੀ ਕਹਿੰਦੇ ਹੋ ਭਾਜੀ ਸੁਪਰੀਮ ਕੋਰਟ ਆ ਮੇਰੀ ਫੈਸਲਾ ਕਰਨਾ ਕਰਪਸ਼ਨ ਦਾ ਬੇਨਤੀ ਸੁਣੋ ਕੋਈ ਜੱਜ ਥੋੜੇ ਆ ਗਿਆ ਮੇਰੀ ਗੱਲ ਸੁਬੇਤੀ ਸੁਣੋ ਕਿਸੇ ਤੇ ਦੋਸ਼ ਲਾ ਦੇਣਾ ਉਹ ਸਭ ਨਹੀਂ ਕਰਦਾ ਫੈਸਲਾ ਕੋਰਟ ਨੇ ਕਰਨਾ ਵੀ ਸਹੀ ਕੌਣ ਤੇ ਗਲਤ ਕੌਣ ਹੈ ਤੁਸੀਂ ਇੱਕ ਬੇਨਤੀ ਹੈ ਆਪਣੀ ਜਿਹੜੀ ਇਹ ਲੜਾਈ ਲੜਦੇ ਬਲਕਾਰ ਸਿੰਘ ਦੀ ਉਸ ਬੰਦੇ ਤੇ 55 ਏਕੜ ਦਾ ਐਲੀਗੇਸ਼ਨ ਆ ਉਸ ਬੰਦੇ ਤੇ 8 ਬੱਚੇ ਆ ਦਾਲੀ ਇੱਥੇ ਮੈਂ ਸੁਣਿਆ ਦੋਸ਼ ਲਾਇਆ ਕੋਈ ਦੋਸ਼ੀ ਨਹੀਂ ਹੁੰਦਾ ਇਹ ਕੋਰਟ ਦੇ ਫੈਸਲਾ ਕੋਰਟ ਨੇ ਕਿਸ ਨੂੰ ਸਜ਼ਾ ਦਿੱਤੀ ਆ ਤੁਹਾਡੇ ਰਾ ਇਸ ਤੋਂ ਦੋਸ਼ੀ ਪਾ ਜਾਂਦਾ ਇਲਜ਼ਾਮ ਲਾਉਣਾ ਕੋਈ ਵੱਡੀ ਗੱਲ ਨਹੀਂ ਨਹੀਂ ਇੱਕ ਕਹਿਣ ਦੇ ਆ ਕੀ ਕਰਪਸ਼ਨ ਦੇ ਵਿੱਚੋਂ ਕਈ ਕਰਪਸ਼ਨ ਸਾਡਾ ਸੰਵਿਧਾਨ ਨੂੰ ਹੱਕ ਜਿਹੜਾ ਕੋਈ ਖੋਲ ਸਕਦੇ ਇਹਨਾਂ ਨੂੰ ਪਤਾ ਲੱਗਾ ਵੀ ਸਰਕਾਰ ਦੇ ਪੱਖ 'ਚ ਆਵਾਜ਼ ਜਿਹੜੇ ਆ ਜਾਂ ਪਬਲਿਕ ਦੇ ਪੱਖ 'ਚ ਆਵਾਜ਼ ਨੇ ਇਹ ਸਾਡਾ ਵਿਰੋਧ ਕੀਤਾ ਕਿਤੇ ਵੀ ਸਾਡਾ ਕੋਈ ਜਾਨੀ ਜਾਂ ਮਾਲੀ ਕਦੀ ਵੀ ਨੁਕਸਾਨ ਹੁੰਦਾ ਇਹ ਯੂਨੀਅਨ ਜਿਹੜੀਆਂ ਸਰਕਾਰ ਦੇ ਖਿਲਾਫ ਹੈ ਇਹ ਜ਼ਿੰਮੇਵਾਰ ਹੋਣ ਸੱਚ ਮੁੱਚ ਕੋਈ ਗੱਲ ਨੀ ਸਾਡਾ ਭਰਾ ਹੀ ਗੁਰਦਾਸਪੁਰ ਚੱਲ ਕੇ ਆਏ ਠੀਕ ਆ ਜੀ ਅਸੀਂ ਆਪਣੇ ਭਰਾ ਵਾਂਗ ਚੱਲ ਕੇ ਆਏ ਠੀਕ ਆ ਜੀ ਜ਼ਿਲ੍ਹਾ ਪ੍ਰਧਾਨ ਦੀ ਰੈਵਨਿਊ ਸਾਡੇ ਜਿਹੜੇ ਇਹ ਗੁਰਦਾਸਪੁਰ ਦੇ ਕੁਛ ਕਾਲੀਆਂ ਭੇਡਾਂ ਨੇ ਆ ਕੇ ਇੱਥੇ ਪ੍ਰੈਸ ਕਾਨਫਰੰਸ ਕਰਨ ਦੀ ਕੀਤੀ ਕੋਸ਼ਿਸ਼ ਇਹਨਾਂ ਨੂੰ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਵਾ ਸਾਡੇ ਦਵਿੰਦਰ ਸਿੰਘ ਆ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਨੇ ਨਾਲ ਮੇਰੇ ਨਾਲ ਖੜੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਇਹਨਾਂ ਨੂੰ ਕਿੱਦਾਂ ਇਹਦੋਂ ਯੂਨੀਅਨ ਦੇ ਵਿੱਚੋਂ ਕੱਢਿਆ ਇਹਦੀਆਂ ਸਾਰੀਆਂ ਨੀਤੀਆਂ ਜਿਹੜੀਆਂ ਨੇ ਸਾਡੇ ਜਿਹੜੇ ਬੇਰੁਜ਼ਗਾਰ ਬੱਚਿਆਂ ਉਹਨਾਂ ਨੂੰ ਭੜਕਾਉਣ ਵਾਸਤੇ ਨੇ ਜਿਹੜਾ ਹੁਣ ਤੁਸੀਂ ਇੱਕ ਬੰਦਾ ਠਾ ਕੇ ਲਿਆਏ ਜੇ ਜਿਹੜਾ ਨਾਲ ਬੈਠਾ ਉਹ ਤੁਹਾਡੇ ਨਾਲ ਇਹ ਸਾਡੇ ਨਾਲ ਹੀ ਆ ਜੀ ਇਹ ਖੁਦ ਸਾਡੇ ਨਾਲ ਨੇ ਇੱਥੇ ਖੜੇ ਨੇ ਮੂੰਹ ਨਹੀਂ ਬੋਲਦੇ ਪਤਾ ਨਹੀਂ ਉਹਨੂੰ ਕਿਉਂ ਤੁਹਾਨੂੰ ਬੋਲਦੇ ਨੇ ਕਹਿੰਦਾ ਇਹ ਸਵਾਲ ਦਵਿੰਦਰ ਸਿੰਘ ਜੀ ਨਹੀਂ ਪਹਿਲਾਂ ਸਰ ਨਵੀਂ ਜਥੇਬੰਦੀ ਬਣਾਉਣ ਲਈ ਉਹ ਜਾਂਦੇ ਨੇ ਨਵੇਂ ਆਗੂਆਂ ਨਾਲ ਬਹਿ ਜਾਂਦੇ ਨੇ ਫਿਰ ਉਸ ਤੋਂ ਬਾਅਦ ਤੁਸੀਂ ਆਉਂਦੇ ਤੁਸੀਂ ਕਹਿੰਦੇ ਸਾਡਾ ਭਰਾ ਸਾਡਾ ਪ੍ਰਧਾਨ ਹੈ ਕੋਈ ਨਹੀਂ ਸਰ ਜਿਹੜਾ ਸਾਡੀ ਜਥੇਬੰਦੀ ਦੇ ਨਾਲ ਨਹੀਂ ਹੈਗਾ ਉਹ ਸਾਡਾ ਕੋਈ ਭਰਾ ਨਹੀਂ ਹੈਗਾ ਇਹ ਬਿਲਕੁਲ ਸਾਡਾ ਪੱਖ ਹੈ ਜੀ ਜੇ ਸਾਨੂੰ ਜੋ ਸਾਡੇ ਰੈਵਨਿਊ ਪ੍ਰੋਵਾਈਡਰ ਯੂਨੀਅਨ ਜ਼ਿਲ੍ਹਾ ਪੰਜਾਬ ਦੇ ਵਿੱਚ ਕੋਈ ਗੱਲ ਨਹੀਂ ਜੀ ਸਾਨੂੰ ਇਹਨਾਂ ਦੀ ਮਦਦ ਦੀ ਲੋੜ ਨਹੀਂ ਹੈਗੀ ਅਸੀਂ ਕੰਮ ਕਰਨਾ ਆਪਾਂ ਆਪਣਾ ਕੰਮ ਜਾਰੀ ਰੱਖਣਾ ਕੁਝ ਨਹੀਂ ਉਹ ਸਾਡੇ ਨਾਲ ਆ ਧੱਕੇ ਸ਼ਾਹੀ ਦੇ ਨਾਲ ਤੁਰੋ ਕੋਈ ਮੰਨ ਤੁਰੋ ਬੰਦਾ ਇੱਧਰ ਦੇ ਕਹਿੰਦਾ ਪਟਵਾਰੀ ਕਾਨਪੁਰ ਜ
ਜਥੇਬੰਦੀ ਪੰਜਾਬ ਜਥੇਬੰਦੀ ਪੰਜਾਬ ਇਹ ਉਹ ਲੋਕ ਆ ਜਿਹੜੇ ਪੰਜਾਬ ਦੇ ਵਿੱਚ ਹੜਤਾਲ ਕਰਕੇ ਬੈਠੇ ਆ ਪੰਜਾਬ ਦੇ ਲੋਕਾਂ ਦਾ ਜਨਤਾ ਦਾ ਸਰਕਾਰ ਦਾ ਕੰਮ ਨਹੀਂ ਕਰ ਰਹੇ ਤਨਖਾਹ ਲੈ ਰਹੇ ਆ ਅਸੀਂ ਉਹ ਲੋਕ ਆ ਜਿਹੜੇ ਅਸੀਂ ਕੰਮ ਕਰਨ ਵਾਲੇ ਲੋਕ ਆ ਉਹ ਕੰਮ ਆਪਾਂ ਜਾਰੀ ਰੱਖਾਂਗੇ ਇਹਨਾਂ ਨੇ ਨਹੀਂ ਕੱਢਿਆ ਮੈਂ ਇਹਨਾਂ ਨੂੰ ਕੱਢਿਆ ਮੈਂ ਸੱਦਿਆ ਇਹਨਾਂ ਨੂੰ ਇਹਨਾਂ ਨੇ ਨਹੀਂ ਕੱਢਿਆ ਮੈਂ ਸੱਦਿਆ ਮੈਂ ਇਹਨਾਂ ਨੂੰ ਗੁਰਦਾਸਪੁਰ ਤੋਂ ਅਸੀਂ ਸਾਰੇ ਪੰਜਾਬ 'ਚ ਜਾਵਾਂਗੇ ਸਾਰੇ ਪੰਜਾਬ 'ਚ ਕਰਾਂਗੇ ਆਪਾਂ ਸਾਰੇ ਪੰਜਾਬ 'ਚ ਕਰਾਂਗੇ ਸਾਰੇ ਪੰਜਾਬ 'ਚ ਕਰਾਂਗੇ ਵਿਰੋਧ ਇਹ ਕਰਨੀ ਵੀ ਆਪਾਂ ਕੰਮ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਦਾ ਅਸੀਂ ਡਿਊਟੀ ਕਰ ਰਹੇ ਹਾਂ ਆਪਾਂ ਵਿਰੋਧ ਇਸ ਗੱਲ ਦਾ ਕਰਦੇ ਹਾਂ ਹਾਂਜੀ ਰੋਕਿਆ ਜਾ ਰਿਹਾ ਮਤਲਬ ਆਪਾਂ ਇਹ ਕੰਮ ਕਰਾਂਗੇ ਜੀ ਆਪਾਂ ਹੜਤਾਲ ਨਹੀਂ ਕਰਾਂਗੇ ਆਪਾਂ ਡਿਊਟੀ ਕਰਾਂਗੇ ਆਪਣਾ ਕੰਮ ਕਰਾਂਗੇ ਕੋਈ ਗੁਰਦਾਸਪੁਰ ਤੋਂ ਕਿਸੇ ਨੇ ਰੱਖੀ ਸੀਗੀ ਪ੍ਰੈਸ ਕਾਨਫਰੰਸ ਉਹਦੇ ਸੰਬੰਧੀ ਦੂਸਰੀ ਪਾਰਟੀ ਕੋਈ ਵਿਰੋਧ ਕਰਨ ਆਈ ਸੀ ਉਹ ਪਤਾ ਕਰ ਰਹੇ ਹਾਂ ਬਾਕੀ ਤੁਹਾਨੂੰ ਮੈਂ ਕਲੀਅਰ ਕਰਕੇ ਸਭ ਕੁਝ ਦੱਸ ਦਾਂਗੇ ਜੀ।